ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਇਹ ਵੀਡੀਓ ਉਹਨਾਂ ਲਈ ਆ ਜਿਹੜੇ ਟਰੈਕਿੰਗ ਦੇ ਸ਼ੌਕੀਨ ਆ ਸੋ ਜਾਂ ਤੁਹਾਨੂੰ ਟਰੈਕਿੰਗ ਪਸੰਦ ਹੈ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਬਹੁਤ ਵਧੀਆ ਤੁਹਾਨੂੰ ਜਗ੍ਹਾ ਦੱਸਣ ਜਾ ਰਿਹਾ ਜਿੱਥੇ ਅੱਜ ਅਸੀਂ ਟਰੈਕਿੰਗ ਕਰਨ ਆਏ ਹੋਏ ਹਾਂ ਮੈਂ ਅਤੇ ਮੇਰਾ ਫਰੈਂਡ ਉਸ ਜਗ੍ਹਾ ਦਾ ਨਾਮ ਆ ਸਤਰਾਦਾ ਦਿਲ ਚਿੰਕੁਆਂਤਾ ਦੂਏ ਗੈਲਰੀਏ ਸ਼ਹਿਰ ਦਾ ਨਾਮ ਆ ਵਿਚੈਂਸਾ ਜਿੱਥੇ ਤੁਹਾਨੂੰ ਇਹ ਗੈਲਰੀਜ਼ ਮਿਲ ਜਾਣਗੀਆਂ ਜੇ ਤੁਸੀਂ ਟਰੈਕਿੰਗ ਕਰਨ ਜਾਣਾ ਚਾਹੁੰਦੇ ਹੋ ਇਹ 52 ਗੈਲਰੀਜ਼ ਨੇ ਜੋ ਕਿ ਪਹਾੜ ਨੂੰ ਤੋੜ ਕੇ ਇਹਨਾਂ ਨੇ ਇਹ ਗੈਲਰੀਜ਼ ਬਣਾਈਆਂ ਸੀਗੀਆਂ ਅਤੇ ਸਿਰਫ 9 ਮਹੀਨਿਆਂ ਦੇ ਵਿੱਚ ਇਹਨਾਂ ਨੇ 52 ਗੈਲਰੀਜ਼ ਬਣਾ ਦਿੱਤੀਆਂ ਸੀਗੀਆਂ ਗੈਲਰੀਜ਼ ਦਾ ਰਸਤਾ ਕਰਨ ਲਈ ਤੁਹਾਨੂੰ 6 ਐਰੋ ਅਤੇ ਇੱਕ ਟੌਰਚ ਦੀ ਲੋੜ ਆ ਅਤੇ ਲੱਤਾਂ ਦੇ ਲੈਗ ਪ੍ਰੈਸ ਵਗੈਰਾ ਲੱਗੇ ਹੋਣ ਐਂਡ ਸ਼ੂਜ਼ ਵਧੀਆ ਹੋਣ ਜਿੱਦਾਂ ਅਸੀਂ ਪਾ ਕੇ ਆਏ ਹਾਂ ਟਿੰਬਰਲੈਂਡ ਵਾਨਸ ਉਹ ਨਹੀਂ ਚਾਹੀਦੇ ਹਾਂਜੀ 6 ਯੂਰੋ ਇਸ ਕਰਕੇ ਕਿਉਂਕਿ ਜਿਹੜੀ ਕਾਰ ਪਾਰਕਿੰਗ ਆ ਉਹਦਾ ਰੇਟ ਜਿਹੜਾ ਆ 6 ਯੂਰੋ ਆ ਪੂਰੇ ਦਿਨ ਦੀ ਪਾਰਕਿੰਗ ਲੱਗ ਜਾਂਦੀ ਆ ਗੱਡੀ ਅਤੇ ਟੌਰਚ ਇਸ ਕਰਕੇ ਕਿਉਂਕਿ ਗੈਲਰੀ ਦੇ ਅੰਦਰ ਕਾਫੀ ਹਨੇਰਾ ਆ ਅਤੇ ਸ਼ੂਜ਼ ਵਧੀਆ ਹੋਣ ਕਿਉਂਕਿ ਸ਼ੂਜ਼ ਟਰੈਕਿੰਗ ਵਾਲੇ ਹੋਣ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਜਿੱਦਾਂ ਅਸੀਂ ਪਾ ਕੇ ਗਏ ਸੀਗੇ ਟਿੰਬਰਲੈਂਡ ਵਗੈਰਾ ਦੇ ਬਿਲਕੁਲ ਨਹੀਂ ਚੱਲਦੇ ਹਾਂਜੀ ਕਿਉਂਕਿ 16-1700 ਮੀਟਰ ਦੀ ਉਚਾਈ ਤੱਕ ਇਹ ਗੈਲਰੀਜ਼ ਜਾਂਦੀਆਂ ਨੇ ਅਤੇ 6-7 ਕਿਲੋਮੀਟਰ ਜਾਣ ਦਾ ਰਸਤਾ ਹੈ ਅਤੇ 6-7 ਹੀ ਵਾਪਸ ਆਉਣ ਦਾ ਰਸਤਾ ਆ ਅਤੇ ਲਗਭਗ 6-7 ਘੰਟੇ ਤੁਸੀਂ ਲਗਾ ਕੇ ਚੱਲੋ ਜਾਂ ਤੁਸੀਂ ਆਰਾਮ ਨਾਲ ਜਾ ਰਹੇ ਹੋ ਜਾਂ ਪਹਿਲੀ ਵਾਰ ਜਾ ਰਹੇ ਹੋ ਤਾਂ ਕਰਕੇ ਇਹ ਜਿਹੜਾ ਡਿਫੀਕਲਟ ਲੈਵਲ ਆ ਇਹਦਾ ਕਾਫੀ ਹਾਈ ਆ ਆਪਾਂ ਅੱਧ 'ਚ ਆ ਗਏ ਹਾਂ 26 ਗੈਲਰੀ 'ਤੇ ਅਤੇ ਅੱਧ ਰਹਿ ਗਿਆ ਸਾਡਾ ਹੁਣ ਬੈਟਰੀਆਂ ਡਾਊਨ ਹੋ ਰਹੀਆਂ ਸਾਡੀਆਂ ਬਟ ਫਿਰ ਵੀ ਉੱਪਰ ਜਾ ਕੇ ਖਾਂਦੇ ਪੀਂਦੇ ਆ ਜਾ ਤੁਸੀਂ ਦੇਖ ਹੀ ਰਹੇ ਹੋ ਅਤੇ ਕੁਛ ਰਸਤਾ ਹੈ ਜਿਹੜਾ ਟੁੱਟ ਗਿਆ ਹੋਇਆ ਸੀਗਾ ਯਾਨੀ ਕਿ ਪੱਥਰ ਆ ਨਾ ਸਾਰਾ ਅਤੇ ਪੱਥਰ ਥੱਲੇ ਨੂੰ ਡਿੱਗ ਗਿਆ ਸੀਗਾ ਬਟ ਉਹਨਾਂ ਨੇ ਸੇਫਟੀ ਲਗਾ ਕੇ ਕੁਛ ਨਾ ਕੁਛ ਕਰਕੇ ਰਸਤਾ ਬਣਾ ਦਿੱਤਾ ਨਿਕਲਣ ਦਾ ਮੇਨਟੇਨ ਕਰਕੇ ਰੱਖਦੇ ਆ ਇਹ ਇੱਧਰ ਦੀਆਂ ਥਾਵਾਂ
52 ਲਾਸਟ ਗੈਲਰੀ ਸਾਡੀ ਉਫ ਔਖੇ ਸੌਖੇ ਹੋ ਕੇ ਕਰ ਹੀ ਲਿਆ ਤੇ ਲਾਸਟ ਜਿਹੜੀਆਂ ਤਿੰਨ ਚਾਰ ਗੈਲਰੀਆਂ ਥੱਲੇ ਨੂੰ ਹੀਆਂ ਟਰਾਣੀ ਆ ਯਾਨੀ ਕਿ ਪੈਰ ਬੜੇ ਧਿਆਨ ਨਾਲ ਰੱਖਣਾ ਬੰਦਾ ਫਿਸਲ ਵੀ ਹੁੰਦਾ ਕੁਝ ਪੱਥਰ ਵੀ ਗਿੱਲੇ ਆ फिफ्टी टू गैलरीज अपन पार करके असी पहुंचे इस छोटी जी रिफ्यूज दे विच जिथे कि असी अपना खादा पीता थोड़ा बहुत ये जी असी हुण खाण पीन लगे हाँ पास्ता विद बत्तख दा मीट है ना ओ बत्तख दा मीट हाँ पास्ता विद बत्तख दा मीट ये भी तुसी मीट ही कह लो तुसी दस नहीं सकते कि एंड रिलैक्स किया ਤੇ ਵਿਊ ਦਾ ਨਜ਼ਾਰਾ ਤੁਸੀਂ ਦੇਖ ਹੀ ਸਕਦੇ ਹੋ ਵਿਊ ਦਾ ਨਜ਼ਾਰਾ ਲਿਆ ਤੇ ਵਿਊ ਦਾ ਨਜ਼ਾਰਾ ਦੇਖ ਕੇ ਸਾਰੀ ਦੀ ਸਾਰੀ ਥਕਾਵਟ ਉਤਰ ਗਈ ਥੱਲੇ ਜਾ ਰਹੇ ਹਾਂ ਥੱਲੇ ਜਾਂਦੇ ਨੂੰ ਸ਼ਾਇਦ ਆਪਾਂ ਨੂੰ 2 ਘੰਟੇ ਲੱਗ ਜਾਣੇ ਆ ਘੰਟਾ ਤਾਂ ਹੋ ਗਿਆ ਨਾ ਤੁਰਦਿਆਂ ਨੂੰ ਘੰਟਾ ਤਾਂ ਹੋ ਗਿਆ ਤੁਰਦਿਆਂ ਨੂੰ ਘੰਟਾ ਹੋਰ ਲੱਗਣਾ ਬਦਲਾ ਕਰਕੇ ਅੱਜ ਕੁਛ ਜ਼ਿਆਦਾ ਵਧੀਆ ਦਿਸ ਨਹੀਂ ਗਿਆ ਬਟ ਫਿਰ ਵੀ ਸੋਹਣਾ ਵਿਊ ਆ ਰਿਹਾ ਹੈ ਅਸੀਂ ਗੱਲ ਨੂੰ ਪਹੁੰਚ ਗਏ ਜਿੱਥੋਂ ਅਸੀਂ ਤੁਰੇ ਸੀ ਉਫ 3-3.5 ਘੰਟੇ ਲੱਗੇ ਉੱਪਰ ਜਾਣ ਨੂੰ 2 ਘੰਟੇ ਥੱਲੇ ਆਉਣ ਨੂੰ ਯਾਨੀ 5-1 ਘੰਟੇ ਦਾ ਟੋਟਲ ਸਾਨੂੰ ਸਫ਼ਰ ਇਹ ਪਿਆ